सही गल इधर आ जा इधर सवाल जवाब इधर हो जाने बक्सियां उधर की रखे इधर सामने गल कर हाँ यार ने पलाई है इधर रंधावा साहब मैंने पता की कहें कहता नित का टली रहा है मौजी दो महीने हो गए मेरी तो रोटी ढाबे ते लगी हुई है पता केड़ी गल्लो तीन महीने हो गए मेरे घर वाली भज्जी हुई पिछलियां गल्लां भुल के आपां इदां करदे आं आपां दुबारा ब्याह कराउने आं एक मिनट जी दुबारा कराउने आं ब्याह हुण हां मैक आ जांदो मैं इधर ख्याल रख भाई जरा जल्दी कर जल्दी छेती नालों पहला आ जा देखो जी ये मशवरा चंगा लग गया तो ताड़ी ला दो क्योंकि अजय नहीं अजय सामभ के रखो अजय सामभ के रखो हाँ एक बार आप ब्याह कराने ना मैं नहीं कराना वो कराना पैना नहीं कराना चल भैन बन के करा ला ना मैं नहीं कराउंदी ऐदा करते हैं हाँ। तो मेरे ना ब्याह कराएगी दोबारा हाँ। ठीक है ना हाँ। मैं तेरी फुल सेवा करूंगा की करया करेगा मैं हाँ। आप ले आवे बकरी अच्छा बकरी बड़ी हो जू हाँ फिर वो दुध दिया करूगी अच्छा ओदे दुध दी आपा बनावांगे खीर फिर आपा बाण दे मंजे ते बह के दोवें जने फिर खीर खाया करांगे हां फिर खाया करांगे ना एक उंगली तेरे मुंह च अच्छा एक उंगली मेरे मुंह च अच्छा खीर दी हां एक उंगली तेरे मुंह च अच्छा एक उंगली फिर मेरे मुंह च अच्छा हां फिर की हुण की है तेरे कोले हुण ता मेरे को उंगली है मर जाना रवे
ਥਾਣਾ ਮੰਡੀ ਚੌਂਕ ਮਹਿਤਾ ਗੁਰਮੇਲ ਸਿੰਘ ਜੀ ਜਨਰਲ ਸਕੱਤਰ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਉਹਨਾਂ ਨੇ ਬਹੁਤ ਸਨਮਾਨ ਕੀਤਾ ਜੀ ਤਹਿ ਦਿਲ ਤੋਂ ਸ਼ੁਕਰ ਅਦਾ ਕਰਦਾ ਹਾਂ ਰੱਬ ਤੁਹਾਡਾ ਭਲਾ ਕਰੇ ਗੁਲਜਵਾਰ ਸਿੰਘ ਜੀ ਪਟਵਾਰੀ ਸਾਹਿਬ ਸੁਖਮੰਦਰ ਸਿੰਘ ਜੀ ਉਹਨਾਂ ਨੇ ਬਹੁਤ ਸਨਮਾਨ ਕੀਤਾ ਰਾਣਾ ਸ਼ਾਹ ਜੀ ਧਰ ਦਿਓ ਸਰਪੰਚ ਸਚਦੇਵ ਸਿੰਘ ਜੀ ਔਰ ਬਲਵੰਤ ਸਿੰਘ ਜੀ ਸਾਬਕਾ ਸਰਪੰਚ ਅਤੇ ਸਾਹਿਬ ਸਿੰਘ ਜੀ ਮਲਕ ਨੰਗਲ ਇਹਨਾਂ ਨੇ ਬਹੁਤ ਸਾਰਾ ਮਾਣ ਸੁਰਿੰਦਰ ਛਿੰਦਾ ਜੀ ਦਾ ਜੋ ਕਿ ਇਹਨਾਂ ਨੇ ਚੰਚਲ ਸਿੰਘ ਜੀ ਧਰੋਚੱਕ ਤੋਂ ਉਹਨਾਂ ਨੇ ਬਹੁਤ ਸਾਰਾ ਮਾਣ ਕੀਤਾ ਮੈਂ ਉਹਨਾਂ ਦਾ ਵੀ ਤਹਿ ਦਿਲ ਤੋਂ ਸ਼ੁਕਰ ਅਦਾ ਕਰਾਂਗਾ ਸੋ ਆਓ ਇਹ 2020 ਮੈਚ ਹੈ ਅਤੇ ਹੁਣ ਆਪਾਂ ਗੱਲਾਂ ਬਾਤਾਂ ਘੱਟ ਕਰੀਏ ਅਗਲਾ ਜੋ ਤੁਹਾਡਾ ਫਰਮਾਇਸ਼ੀ ਦੌਰਾ ਹੈ ਲੈ ਕੇ ਹਾਜ਼ਰ ਨੇ ਹਾਂਜੀ ਕੁਲਵੀਰ ਭਾਅ ਜੀ ਤੁਹਾਡੀ ਫਰਮਾਇਸ਼ ਪੇਸ਼ਕਸ਼ ਸੁਰਿੰਦਰ ਛਿੰਦਾ ਜੀ ਤਲੋ ਪੀਰ ਬਾਬਾ ਇਲਾਹੀ ਸ਼ਾਹ ਜੀ ਦੀ ਹਾਜ਼ਰੀ ਜੇ ਲਾਉਣੀ ਹੈ ਕਹਿੰਦੇ ਜਿਹਦਾ ਵਿਆਹ ਹੋਵੇ ਉਹਦੀਆਂ ਘੋੜੀਆਂ ਗਾਈਦੀਆਂ ਹੈਲੋ ਹੈਲੋ ਇੱਕ ਵਾਰੀ ਜ਼ੋਰਦਾਰ ਤਾੜੀ ਵਜਾ ਦਿਓ ਵਾਹ ਵਾਹ ਦਾਤਾ ਤੇ ਭਗਤ ਸੂਰਮੇ ਜਿਉਂਦੇ ਜੱਗ ਰਹਿੰਦੇ ਨੇ ਮੜੀਆਂ ਤੇ ਮੇਲੇ ਲੱਗਦੇ ਲੋਕੀ ਇਹ ਗਾਉਂਦੇ ਨੇ ਸੋ ਮੈਂ ਬਈ ਹੁਣ ਫੁੱਲ ਹੋ ਗਿਆ ਹਾਊਸ ਫੁੱਲ ਜਦੋਂ ਅਸੀਂ ਆਏ ਸੀ ਅੱਧ ਪਚੱਤ ਜਿਹਾ ਸੀ ਵੇਖ ਲਓ ਨਿਗਾਹ ਮਾਰ ਕੇ ਦੂਰ ਤਾਈਆਂ ਸਿਰੇ ਲੱਗੀ ਪਈ ਕਹਿਣੀ ਕਿਉਂਕਿ ਸੁਰਿੰਦਰ ਛਿੰਦੇ ਨੇ ਪਿਛਲੀ ਵਾਰੀ ਵੀ ਖਾੜਾ ਫੁੱਲ ਭਰ ਕੇ ਦਿੱਤਾ ਸੀ ਇੱਕ ਮੇਰੇ ਮਗਰੋਂ ਲੱਗਿਆ ਸੀ ਉਹ ਬੱਕਰੇ ਵੱਢ ਜਿਹਾ ਪਤਾ ਨਹੀਂ ਕੀ ਨਾਂ ਸੀ ਉਹਦਾ ਕੀ ਨਾਂ ਸੀ ਬਸ ਐਂ ਲੱਗਦਾ ਸੀ ਜਿਵੇਂ ਛਾਣ ਬੂਰਾ ਵੇਚਣ ਵਾਲਾ ਹੁੰਦਾ ਨਾ ਉਹ ਮੈਨੂੰ ਸੁਨੇਹ ਦੇਈ ਜਾਵੇ ਛੇਤੀ ਹਟ ਜਾ ਮੈਂ ਕਿਹਾ ਪਤੰਦਰਾ ਲੱਗ ਲੈਣ ਤੇ ਝੁੱਟੀਆਂ ਚਾਰ ਕੁ ਜਦੋਂ ਨਾ ਹਟਿਆ ਤੇ ਮੈਂ ਚਲਿਆ ਗਿਆ ਜਦੋਂ ਮੈਂ ਚਲਿਆ ਗਿਆ ਫਿਰ ਤੁਸੀਂ ਵੀ ਚਲੇ ਗਏ ਸਿੱਧੀ ਜੀ ਗੱਲ ਹੈ ਤੇ ਲਓ ਪੂਰੇ ਇਲਾਕੇ ਦੀ ਫਰਮਾਇਸ਼ ਅਸੀਂ ਤਾਂ ਉਹ ਗੱਲਾਂ ਕਰਨੀਆਂ ਜਿਹਦਾ ਕੋਈ ਮਤਲਬ ਹੋਵੇ ਸੁੱਚਾ ਸੂਰਮਾ ਕੱਚ ਦਾ ਗਲਾਸ ਮੰਜੇ ਥੱਲੇ ਰੋੜਤਾ ਪੈਰ ਮਾਰ ਸੁੱਚੇ ਨੇ ਫਰਮਾਇਸ਼ ਹੈ ਕੁਲਵੀਰ ਦੀ ਰੰਧਾਵਾ ਦੀ ਆ ਜਿੰਨੇ ਪ੍ਰਬੰਧਕ ਕਮੇਟੀ ਦੇ ਮਾਣਯੋਗ ਸਤਿਕਾਰਯੋਗ ਸਾਡੇ ਮਿੱਤਰ ਨੇ ਸਰੋਤੇ ਨੇ ਲਾ ਪੇਸ਼ ਕਰ ਰਿਹਾ ਹਾਂਜੀ ਸੰਦੂਕ ਦਾ ਸੀ ਜਾਂਦਾ ਤੋੜਤਾ ਪੈਰ ਮਾਰ ਸੁੱਚੇ ਨੇ ਵੀਰੋ ਦੇ ਸੰਦੂਕ ਦਾ ਸੀ ਜਾਂਦਾ ਤੋੜਤਾ ਪੈਰ ਮਾਰ ਸੁੱਚੇ ਨੇ ਕੱਚ ਦਾ ਗਲਾਸ ਮੰਜੇ ਥੱਲੇ ਰੋੜਤਾ ਪੈਰ ਮਾਰ ਸੁੱਚੇ ਨੇ ਕੱਚ ਦਾ ਗਲਾਸ ਮੰਜੇ ਥੱਲੇ ਰੋੜਤਾ ਪੈਰ ਮਾਰ ਸੁੱਚੇ ਨੇ ਮਾਰ ਕੇ ਲਫੜਕ ਨਨਾਰ ਜੋੜਦੇ ਮਾਲੇ ਬਨਕਾਰ ਦੇ ਤੂੰ ਬਗੌੜ ਸੁੱਚਾ ਕਹਿੰਦਾ ਨਾਰ ਨੂੰ ਤੇਰੇ ਜਿਹੀ ਨਾਰ ਦੇ ਚੱਕ ਤੂੰ ਬਗੌੜ ਸੁੱਚਾ ਕਹਿੰਦਾ ਨਾਰ ਨੂੰ ਤੇਰੇ ਜਿਹੀ ਨਾਰ ਦੇ ਚੱਕ ਤੂੰ ਬਗੌੜ ਸੁੱਚਾ ਕਹਿੰਦਾ ਨਾਰ ਨੂੰ ਤੇਰੇ ਜਿਹੀ ਨਾਰ ਦੇ ਰਫਲ ਇਨਾਮ ਚ ਮਿਲੀ ਹੋਈ ਆ ਸੁੱਚੇ ਨੂੰ ਤੇ ਬਲਵੀਰੋ ਜਿਹੜੀ ਕੁੱਕਰ ਦੇ ਨਾਲ ਮਾੜੀ ਹੈ ਹੁਣ ਡਰ ਜਾਂਦੀ ਹੈ ਵੀ ਕੰਮ ਖਰਾਬ ਹੈ ਉਸ ਵੇਲੇ ਦੀ ਗੱਲ ਹੈ ਦੇਖ ਕੇ ਰਫਲ ਰੰਨ ਖੜੀ ਕੰਬਗੀ ਝਾਂਗ ਮਾਰੀ ਵੀਰੋ ਨੇ ਦੇਖ ਕੇ ਰਫਲ ਰੰਨ ਖੜੀ ਕੰਬਗੀ ਝਾਂਗ ਮਾਰੀ ਵੀਰੋ ਨੇ ਸੁੱਚੇ ਪੈਰੀ ਸਿਰੋਂ ਲਾ ਕੇ ਚੁੰਨੀ ਧਰਤੀ ਟੂਣੇ ਹਾਰੀ ਵੀਰੋ ਨੇ ਸੁੱਚੇ ਪੈਰੀ ਸਿਰੋਂ ਲਾ ਕੇ ਚੁੰਨੀ ਧਰਤੀ ਟੂਣੇ ਹਾਰੀ ਵੀਰੋ ਨੇ ਗੁੱਤ ਫੜ ਮਾਰੀ ਪੁੱਟਕਾ ਕੇ ਧਰਤੀ ਗੁੰਡੀ ਨਾਰ ਸੁੱਚੇ ਨੇ ਕੱਚ ਦਾ ਗਲਾਸ ਮੰਜੇ ਥੱਲੇ ਰੋੜਤਾ ਪੈਰ ਮਾਰ ਸੁੱਚੇ ਨੇ ਕੱਚ ਦਾ ਗਲਾਸ ਮੰਜੇ ਥੱਲੇ ਰੋੜਤਾ ਪੈਰ ਮਾਰ ਸੁੱਚੇ ਨੇ ਕੱਚ ਦਾ ਗਲਾਸ ਮੰਜੇ ਥੱਲੇ ਰੋੜਤਾ ਪੈਰ ਮਾਰ ਸੁੱਚੇ ਨੇ
हाड़ा लगिया पिंड च तेरिया पैर ते चुन्नी धरती हो बलवीरो भाभी तेरिया पैर ते चुन्नी धरती वे बलवीरो भाभी सुचिया वे मिन्नत तेरी करती हो बलवीरो भाभी सुचिया वे मिन्नत तेरी करती वे बलवीरो भाभी पिंड दे बिचाले सिगा गाउन लग्गिया सिर वाले नाइयां दा बंदूक खाड़े बिच आ गया पौआ पीके ढाइया दा पिंड दे बिचाले सिगा गाउन लग्गिया सिर वाले नाइया दा चक के बंदूक खाड़े बिच आ गया पौआ पीके ढाइया दा ओ कुकर नू हिक बिच गोली मार के कीता पार सुचे ने ओ कच दा गलास मंजे थल्ले रोड़ता पैर मार सुचे ने ओ कच दा गलास मंजे थल्ले रोड़ता पैर मार सुचे ने कच दा गलास मंजे थल्ले रोड़ता पैर मार सुचे ने खाड़े दे बिच जदों रौला पै गया गोली चल गई उस वेले दी गल है ध्यान दियो जरा खाड़े विच बलां विच लोग भज गए रौला वाला पै गया धुंबा लगो जा बंद हो गए बजणों विच गौण रह गया धुंबा लगो जा बंद हो गए बजणों विच गौण रह गया भज जांदे सिवियां बचोले बाग नूं कित मार सुचे ने कच दा गलास मंजे थल्ले रोड़ता पैर मार सुचे ने कच दा गलास मंजे थल्ले रोड़ता पैर मार सुचे ने कच दा गलास मंजे थल्ले रोड़ता पैर मार सुचे ने ओ भाई नचण आलिया तू तो नचदा ही बहुत सोहना है हुण घरे जाके ना थक के सौ जी वो भी गल माड़ी हुंदी है आहा वसदेव घर उजाड़ दिंदियां वीरो जी गुत्तियां भस्मां दी छत विच पग रोल के नित खाण जुत्तियां वसदेव घर उजाड़ दिंदियां वीरो जी गुत्तियां भस्मां दे छत ਖਸਮਾਂ ਦੀ ਸੱਤ ਵਿੱਚ ਪੱਗ ਰੋੜ ਕੇ ਨਿੱਤ ਖਾਣ ਦੁੱਤੀਆਂ ਸਿਵਿਆਂ ਨੂੰ ਤੋੜਦਾ ਫਰੀਕੀ ਵਾਲਿਆਂ ਪੈਰ ਮਾਰ ਸੁੱਚੇ ਨੇ ਕੱਚ ਦਾ ਗਲਾਸ ਮੰਜੇ ਥੱਲੇ ਰੋੜਦਾ ਪੈਰ ਮਾਰ ਸੁੱਚੇ ਨੇ ਕੱਚ ਦਾ ਗਲਾਸ ਮੰਜੇ ਥੱਲੇ ਰੋੜਦਾ ਪੈਰ ਮਾਰ ਸੁੱਚੇ ਨੇ ਕੱਚ ਦਾ ਗਲਾਸ ਮੰਜੇ ਥੱਲੇ ਰੋੜਦਾ ਪੈਰ ਮਾਰ ਸੁੱਚੇ ਨੇ ਕੱਚ ਦਾ ਗਲਾਸ ਮੰਜੇ ਥੱਲੇ ਰੋੜਦਾ ਪੈਰ ਮਾਰ ਸੁੱਚੇ ਨੇ ਕੱਚ ਦਾ ਗਲਾਸ ਮੰਜੇ ਥੱਲੇ ਰੋੜਦਾ ਪੈਰ ਮਾਰ ਸੁੱਚੇ ਨੇ ਕੱਚ ਦਾ ਗਲਾਸ ਮੰਜੇ ਥੱਲੇ ਰੋੜਦਾ ਪੈਰ बहुत धन्नवादी हैं साडे अजीज थानेदार साहब बहुत ड्यूटी दे के बाबा जी के चरणों च मत्था टेक के जोरदार ताड़ियाँ बजा दिओ इहो जिहे नेक अफसर बहुत सेवा करते ने अवाम की खिदमत की लो दुगाणियां दा दौर आ रहा है उस तो पहला एक बारी न्याणियों ताड़ी बजा तुहाडा मामा आ रहा है आ जाए न्याणियों कित्थे हो इत्थे ही हो कि हाँ वही है वही वही है सरदार जी अजकल दे बच्चे बहुत ज़्यादा ना शरारती हो गए पहला भी बच्चे होंदे सी पर इन्ने नहीं सी होंदे अजकल दे बच्चियां दा सानू खुद नहीं पता कि साडा बच्चा सब तो भी अगे लंघिया होया सोच दे विच गल की है मैं सच्चाई दसन लग्या अपने बेटे की गल कर लग्या मैं तो किसी की गल नहीं करता जी मेरे नाल होगी तो वह किसी ना जरूर होगी मैं इस तरह छिंदाई नाल प्रोग्राम करके 22 तरीक की गल है शाम को घरे गया शाम का टाइम से मैं कपड़े बदल लग्या सोफे पर बैठा मैं बूट बाट ला रहा मेरा बेटा मेरे को मीच ने बच्चे ने स्कीम की बनाई मैं पता ही कहता डैडी 5 रुपये नहीं देने मैं क्या जा नहीं देने कर ला जो कर ला कहता है नहीं देने मैं क्या जा नहीं देने कहता फिर मैं भी नहीं दसना कि दुध वाले अंकल कल मम्मी नू की कह रहे सी वो मेरे कन्न खड़े हो गए मैं क्या प्यो दिया पुता तू 5 दी गल करदा 10 रुपए ले छेती दस कि दुध वाले अंकल तेरी मम्मी नू की कह रहे सी बच्चे ने सोच लिया हुण डैडी थोड़ा जिहा कब्जे च आ गया थोड़ा काबू जिहा हो गया हुण बच्चा बीचरदा जा रहा वो मैं क्या 10 रुपए ले ले तू जल्दी दस कि दुध वाले अंकल तेरी मम्मी नू की कह रहे सी कहता मैं नहीं दछना मैं क्यों दछना मैं नहीं दछूंगा वो मैं क्या तू 20 रुपए ले ले छेती दस कि दुध वाले अंकल तेरी मम्मी नू की कह रहे सी कहता मैं नहीं दछूंगा मैं क्या दसा वो मैं क्या 50 रुपए ले ले
छेती दस मेरे प्यो कि दुध वाले अंकल तेरी मम्मी नू की कह रहे सी। वो देखता भी हुण डैडी सूत आए हुए है। वो मैं क्या तू 100 रुपया ले ला